ਵੀ ਜੋ ਅਸੀਂ ਮੰਗਦੇ ਹਾਂ ਉਹ ਸਾਨੂੰ ਦਿੱਤਾ ਜਾਵੇ, ਨਹੀਂ ਤਾਂ ਫਿਰ ਸੂਰਮੇ ਮੈਦਾਨਾਂ 'ਚ ਭਾਈ ਦੇ ਨਹੀਂ ਹੁੰਦੇ। ਮੀਂਹ ਆਵੇ, ਹਨੇਰੀ ਆਵੇ, ਜਿੱਤ ਹੋਊਗੀ, ਜਿੱਤ ਹੋਊਗੀ, ਜਿੱਤ ਹੋਊਗੀ। ਗੱਲ ਕਰਨ ਤੋਂ ਪਹਿਲਾਂ ਸੋਚ ਲੈ ਚੰਗੇ ਮੰਦੇ ਦਾ, ਪੈਰ ਪੈਰ ਤੇ ਬਦਲੇ ਜਾਣਾ ਕੰਮ ਨੀ ਬੰਦੇ ਦਾ, ਉਤਰੇ ਬੰਦਾ ਪੂਰਾ ਕੱਢੇ ਬੋਲ ਜਵਾਨਾਂ ਚੋਂ, ਸੂਰਮਿਆਂ ਦਾ ਕੰਮ ਨੀ ਜਾਣਾ ਭੱਜ ਮੈਦਾਨਾਂ ਚੋਂ, ਸੂਰਮਿਆਂ ਦਾ ਕੰਮ ਨੀ ਜਾਣਾ ਭੱਜ ਮੈਦਾਨਾਂ ਚੋਂ। ਕਿਉਂਕਿ ਮੈਂ ਇਸ ਦਰਦ ਚੋਂ ਲੰਘ ਰਹੀ ਹਾਂ। ਮੇਰਾ ਬੇਟਾ 27-28 ਸਾਲ ਦਾ, ਹੁਣ ਉਹ 27-28 ਦਿਨ ਹੋ ਗਏ, ਉਹ ਫਿਰ ਮਤਲਬ ਕਾਫੀ ਢਿੱਲਾ ਹੈ, ਉਹਦੇ ਦੋਨੇ ਕਿਡਨੀਆਂ ਖਰਾਬ ਨੇ। ਅਤੇ ਜਦੋਂ ਕਿਸੇ ਮਾਂ ਦੀ ਨੂੰ ਇਹ ਚੀਜ਼ ਹੁੰਦੀ ਆ ਤਾਂ ਮੇਰਾ ਉਦੋਂ ਅੰਦਰੋਂ ਤੱਕ ਰੂਹ ਕੰਬ ਜਾਂਦੀ ਆ ਵੀ ਸੱਚੇ ਪਾਤਸ਼ਾਹ ਕਿਸੇ ਮਾਂ ਨੂੰ ਇਹ ਦਰਦ ਨਾ ਦਿਖਾਈ। ਕਹਿੰਦੇ ਮਾਂ ਬੱਚਿਆਂ ਨੂੰ ਸੁੱਤਾ ਨਹੀਂ ਦੇਖ ਸਕਦੇ, ਜੇ ਘੰਟਾ ਬੱਚਾ ਵੱਧ ਸੌਂਜੇ ਨਾ ਤਾਂ ਮਾਂ ਉਹਦੇ ਕੋਲ 10 ਗੇੜੇ ਕੱਢਦੀ ਆ ਵੀ ਕਿਉਂ ਸੁੱਤਾ ਪਿਆ, ਹੈ ਉੱਠ ਘਰ ਸੁਣਨਾ। ਅਤੇ ਜਦੋਂ ਕਹਿੰਦੇ ਉਹ ਬੱਚੇ ਦੁਨੀਆਂ ਛੱਡ ਜਾਂਦੇ ਨੇ ਉਦੋਂ ਆਪਣੇ ਕੋਲ ਕੁਝ ਨਹੀਂ ਬਚਦਾ, ਕੁਛ ਨਹੀਂ ਬਚਦਾ। ਅਤੇ ਫਿਰ ਜਦੋਂ ਮਾਂ ਬਾਪ ਕੋਲ ਕੁਛ ਨਹੀਂ ਬਚਦਾ, ਫਿਰ ਉਹਨਾਂ ਕਮਜ਼ੋਰਾਂ 'ਤੇ ਜਦੋਂ ਇਹ ਸਰਕਾਰਾਂ ਵਾਰ ਕਰਦੀਆਂ ਨੇ, ਤਾਂ ਇੱਕ ਗੱਲ ਯਾਦ ਰੱਖਿਓ ਵੀ ਅੱਜ ਨਹੀਂ ਤਾਂ ਕੱਲ੍ਹ ਬਾਬੇ ਨਾਨਕ ਦੀ ਤਕੜੀ ਨੇ ਬਰਾਬਰ ਤੋੜਣਾ ਹੀ ਤੋੜਣਾ। ਮੇਰੀ ਗੱਲ ਯਾਦ ਰੱਖਿਓ, ਮੈਨੂੰ ਆਪਦੇ ਗੁਰੂ ਸਾਹਿਬ 'ਤੇ ਇੰਨਾ ਵਿਸ਼ਵਾਸ ਆ, ਭਾਵੇਂ ਮੈਂ ਇੱਕ ਸਿੰਗਰ ਹਾਂ, ਮੈਨੂੰ ਲੋਕ ਗਾਉਣ ਵਾਲੇ ਕਹਿੰਦੇ ਨੇ, ਹੈ ਨਾ ਵੀ ਯਾਰ ਇਹ ਗਾਉਣ ਵਾਲੇ ਨੇ। ਪਰ ਜਦੋਂ ਚੰਗੇ ਸੰਸਕਾਰ ਹੋਣ, ਚੰਗੀ ਮੱਤ ਹੋਵੇ, ਹੁਣ ਭਾਨਾ ਮੇਰਾ ਭਤੀਜਾ ਹੀ ਲੱਗਿਆ ਜੀ, ਸ਼ੁਭ ਤੋਂ ਬਾਅਦ ਸਾਰੇ ਬੱਚੇ ਮੈਨੂੰ ਸਿੱਧੂ ਤੋਂ ਬਾਅਦ ਭੂਆ ਜੀ ਕਹਿਣ ਲੱਗ ਗਏ, ਅਤੇ ਤੁਸੀਂ ਸਾਰੇ ਬੱਚੇ ਮੇਰੇ ਭਤੀਜੇ ਹੋ, ਅਤੇ ਮੈਂ ਨਹੀਂ ਚਾਹੁੰਦੀ ਵੀ ਮੇਰੇ ਕਿਸੇ ਭਰਾ ਦੇ ਨਿਓ ਜੜ ਭਤੀਜਾ, ਕਿਸੇ ਵੀ ਭਰਾ ਦੀ, ਕਿਸੇ ਭਰਜਾਈ ਦੀ ਕੱਖ ਕੁੱਖ ਹੈ ਜਿਹੜੀ ਸੁਣਨੀ ਹੋਵੇ, ਕਿਸੇ ਮਾਂ ਦੀ ਕੁੱਖ ਸੁਣਨੀ ਹੋਵੇ। ਜਦੋਂ ਆਪਾਂ ਸ਼ਾਂਤਮਈ ਤਰੀਕੇ ਨਾਲ ਇਸ ਧਰਨੇ ਨੂੰ ਕਰ ਰਹੇ ਹਾਂ, ਸਾਡੇ ਬਜ਼ੁਰਗ ਬੈਠੇ ਆ, ਸੂਝਵਾਨ ਬੈਠੇ ਨੇ, ਅਤੇ ਮੈਂ ਇਹੋ ਸਰਕਾਰ ਨੂੰ ਬੇਨਤੀ ਕਰੂੰਗੀ ਵੀ ਜੋ ਅਸੀਂ ਮੰਗਦੇ ਹਾਂ ਉਹ ਸਾਨੂੰ ਦਿੱਤਾ ਜਾਵੇ, ਨਹੀਂ ਤਾਂ ਫਿਰ ਸੂਰਮੇ ਮੈਦਾਨਾਂ 'ਚ ਭਾਈ ਦੇ ਨਹੀਂ ਹੁੰਦੇ। ਮੀਂਹ ਆਵੇ, ਹਨੇਰੀ ਆਵੇ, ਅਤੇ ਆਪਾਂ ਤਾਂ ਇੱਕ ਇੱਕ ਹੀ ਗਵਾਵਾਂਗੇ, ਹੈ ਨਾ ਜੀ। ਅਤੇ ਸਾਡੇ 10ਵੇਂ ਪਾਤਸ਼ਾਹ ਨੇ ਤਾਂ ਕਿਹਾ ਸੀ ਕਿ 4 ਮੂਏ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ। ਅਤੇ ਮੈਂ ਇੱਕ ਗੱਲ ਕਹਿੰਦੀ ਹਾਂ, ਪੈਰ ਪੈਰ ਤੇ ਬਦਲੇ ਜਾਣਾ ਕੰਮ ਨੀ ਬੰਦੇ ਦਾ, ਗੱਲ ਕਰਨ ਤੋਂ ਪਹਿਲਾਂ ਸੋਚ ਲੈ ਚੰਗੇ ਮੰਦੇ ਦਾ, ਗੱਲ ਕਰਨ ਤੋਂ ਪਹਿਲਾਂ ਸੋਚ ਲੈ ਚੰਗੇ ਮੰਦੇ ਦਾ, ਪੈਰ ਪੈਰ ਤੇ ਬਦਲੇ ਜਾਣਾ ਕੰਮ ਨੀ ਬੰਦੇ ਦਾ, ਉਤਰੇ ਬੰਦਾ ਪੂਰਾ ਕੱਢੇ ਬੋਲ ਜਵਾਨਾਂ ਚੋਂ, ਸੂਰਮਿਆਂ ਦਾ ਕੰਮ ਨੀ ਜਾਣਾ ਭੱਜ ਮੈਦਾਨਾਂ ਚੋਂ, ਸੂਰਮਿਆਂ ਦਾ ਕੰਮ ਨੀ ਜਾਣਾ ਭੱਜ ਮੈਦਾਨਾਂ ਚੋਂ। ਫੜ ਕੇ ਖੰਡਾ ਦੀਪ ਸਿੰਘ ਕਰਿਆ ਅਰਦਾਸਾ ਜੀ, ਤੇਰਾ ਕਲਗੀ ਵਾਲਿਆ ਕਹਿੰਦੇ ਹਰ ਥਾਂ ਵਾਸਾ ਜੀ, ਫੜ ਕੇ ਖੰਡਾ ਦੀਪ ਸਿੰਘ ਕਰਿਆ ਅਰਦਾਸਾ ਜੀ, ਤੇਰਾ ਕਲਗੀ ਵਾਲਿਆ ਕਹਿੰਦੇ ਹਰ ਥਾਂ ਵਾਸਾ ਜੀ, ਹੱਥ ਸੀਸ ਤੇ ਖੰਡਾ ਚਮਕੇ ਹੈ ਕਿਰਪਾਨਾਂ ਚੋਂ, ਸੂਰਮਿਆਂ ਦਾ ਕੰਮ ਨੀ ਜਾਣਾ ਭੱਜ ਮੈਦਾਨਾਂ ਚੋਂ। ਸੋ ਨਿਹਾਲ, ਸਤਿ ਸ਼੍ਰੀ ਅਕਾਲ ਜੀ। ਮੇਰੇ ਉਹ ਸਾਰੇ ਬਾਪੂਆਂ ਨੂੰ ਸਲਾਮ, ਉਹ ਸਾਡੀਆਂ ਭੈਣਾਂ ਨੂੰ ਸਲਾਮ, ਸਾਡੇ ਬੱਚਿਆਂ ਨੂੰ ਸਲਾਮ, ਜਿਹੜੇ ਘਰ ਬਾਰ ਛੱਡ ਕੇ ਇੱਥੇ ਬੈਠੇ ਨੇ। ਅਤੇ ਮੇਰਾ ਵਿਸ਼ਵਾਸ ਹੈ
ਕਿ ਜਿੱਤ ਹੋਊਗੀ, ਜਿੱਤ ਹੋਊਗੀ, ਜਿੱਤ ਹੋਊਗੀ, ਜਿੱਤ ਹੋਊਗੀ। ਕਹਿੰਦੇ ਜਿਵੇਂ ਆਪਣਾ ਔਰਾ ਬਣਾ ਲੈਂਦੇ ਨਾ ਆਪਾਂ, ਪੋਜ਼ਿਟਿਵ ਔਰਾ, ਬਸ ਆਪਾਂ ਇੱਕੋ ਹੀ ਗੱਲ ਰੱਟਣੀ ਹੈ ਕਿ ਮਹਾਰਾਜ ਦੀ ਕਿਰਪਾ, ਜਿੱਤ ਹੋਊਗੀ, ਜਿੱਤ ਹੋਊਗੀ, ਜਿੱਤ ਹੋਊਗੀ। ਕਿਸੇ ਬੱਚੇ 'ਤੇ ਤੱਤੀ ਵਾਹ ਮਹਾਰਾਜ ਨਹੀਂ ਲੱਗਣ ਦਿੰਦਾ, ਕਿਉਂਕਿ ਕਿੰਨੀਆਂ ਮਾਵਾਂ ਬੈਠੀਆਂ ਨੇ ਜਿਹੜੀਆਂ ਦਿਨ ਰਾਤ ਅਰਦਾਸ ਕਰਦੀਆਂ, ਕਈਆਂ ਦੇ ਸੁਹਾਗ ਨੇ, ਕਈਆਂ ਦੀ ਕੁੱਖ ਹੈ, ਕਈਆਂ ਦੇ ਵੀਰੇ ਨੇ, ਕਈਆਂ ਦੇ ਸਹਾਰੇ ਨੇ, ਸਾਰੇ ਇੱਥੇ ਬੈਠੇ ਨੇ। ਮੈਂ ਇੱਕ ਤੁੱਛ ਜੀ ਤੁਹਾਡੀ ਬੇਟੀ ਹਾਂ, ਮੈਨੂੰ ਬਾਹਲਾ ਨਹੀਂ ਪਤਾ, ਪਰ ਮੈਂ ਇਹ ਕਹਿੰਦੀ ਹਾਂ ਵੀ ਆਪਣੀ ਜਿੱਤ ਹੋਊਗੀ। ਮੈਂ ਸ਼ੁਕਰਗੁਜ਼ਾਰ ਹਾਂ ਮੇਰੇ ਭਤੀਜ ਦੀ ਵੀ, ਜਿਨ੍ਹਾਂ ਨੇ ਮੈਨੂੰ ਬਹੁਤ ਪਿਆਰ ਸਤਿਕਾਰ ਦਿੱਤਾ। ਜਿਹੜਾ ਇਹ ਮਾਰਚ ਹੈ, ਜਿੰਨਾ ਇੱਥੋਂ ਤੱਕ ਅਸੀਂ ਤੁਹਾਡੇ ਕੋਲ ਪਹੁੰਚੇ ਹਾਂ, ਇਹ ਸ਼ੁਭਦੀਪ ਸਿੱਧੂ ਮੂਸੇਵਾਲਾ ਨੂੰ ਸਮਰਪਣ ਹੈ। ਅਤੇ ਪਰਮਾਤਮਾ ਕਰੇ ਕਿਸੇ ਵੀ ਮਾਂ ਦੀ ਭੁੱਖ ਨਾ ਖਾਲੀ ਹੋਵੇ। ਮੇਰੇ ਬੱਚੇ ਲਈ ਵੀ ਤੁਸੀਂ ਅਰਦਾਸ ਕਰਿਓ ਕਿ ਉਹ ਤੁਹਾਡੇ ਵਾਂਗੂ ਆਵੇ, ਯੁੱਧ ਲੜੇ ਆਪਣੇ ਪੰਜਾਬ ਦੇ ਹੱਕਾਂ ਲਈ, ਸਾਡਾ ਪੰਜਾਬ ਹਰਿਆ ਭਰਿਆ ਰਹੇ, ਸਾਡਾ ਪੰਜਾਬ ਹਰਿਆ ਭਰਿਆ ਰਹੇ, ਤੰਦਰੁਸਤ ਰਹਿਣ, ਮਾਵਾਂ ਹੱਸਦੀਆਂ ਰਹਿਣ, ਸਾਡੇ ਬਾਪੂ ਖੁਸ਼ੀਆਂ ਨਾਲ ਖੇਤਾਂ 'ਚ ਲਹਿਰਾਉਂਦੇ ਹੋਣ, ਉਸ ਕਲਗੀ ਵਾਲੇ ਦੀ ਮਿਹਰ ਰਹੇ। ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ਼ ਕਰਿਓ ਜੀ, ਸ਼ੁਕਰੀਆ। ਬੋਲੇ ਸੋਨਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।